ਆਪਾਂ ਦੋ ਮੁੰਡੇ ਨਵੇਂ ਚਿਹਰੇ ਆਏ ਨੇ ਜਿਹੜੇ ਮੂਹਰੇ, ਉਹਨਾਂ ਨੂੰ ਸਪੋਰਟ ਕਰੋ। ਜਿਵੇਂ ਲੱਖਾ ਹਜ਼ਾਣਾ ਹੋ ਗਿਆ, ਵੀ ਲੱਖੇ ਹਜ਼ਾਣੇ ਨੂੰ ਕਰੋ ਸਪੋਰਟ, ਜਿਹਦੇ ਜਿਹਦੇ ਹੈਗੇ ਨਵੇਂ ਚਿਹਰੇ ਨੇ ਜਿਹੜੇ ਆਪਣੇ, ਵੀ ਜਿਹੜੇ ਪਤਾ ਵੀ ਨਾਲ ਖੜੇ ਆ ਸ਼ੁਰੂ ਤੋਂ ਲੈ ਕੇ ਕਿਸਾਨੀ ਧਰਨੇ ਚ, ਆਪਣੀ ਪੂਰੀ ਸਪੋਰਟ ਕਰੋ ਜਿੰਨਾ ਵੀ ਹੋ ਸਕਦਾ, ਵੱਧ ਤੋਂ ਵੱਧ ਕਰੋ ਯਾਰ ਭਾਈ। ਹਾਂਜੀ ਬਾਈ ਜੀ, ਕੀ ਹਾਲ ਆ ਜੀ? ਆਰਾਮ, ਸਤਿ ਸ਼੍ਰੀ ਅਕਾਲ ਜੀ। ਅਸੀਂ ਆਏ ਜੀ ਅੱਜ ਸ਼ਹਿਰ ਨੂੰ, ਠੰਡ ਬਹੁਤ ਹੋ ਗਈ, ਹੱਥ ਸਾਡੇ ਦੇਖ ਲਓ ਟੁੱਟਣ ਵਾਲੇ ਹੋ ਗਏ, ਸੁੰਨ ਹੋ ਗਏ, ਲਾਲ ਹੋ ਗਏ, ਦੇਖੋ ਕੀ ਬਣ ਗਿਆ ਹੱਥਾਂ ਦਾ। ਠੰਡ ਬਹੁਤ, ਮੈਂ ਨੱਚ ਹੋ ਗਿਆ ਫਿਰ ਟੈਂਪਰੇਚਰ। ਹੁਣ ਅਸੀਂ ਪੀਣ ਲੱਗੇ ਗਰਮਾ ਗਰਮ ਕਾਵੇ, ਕਾਵੇ ਕਾਹਨੂੰ ਆ, ਕੱਪਚੀ ਨੂੰ ਆ ਗਈ ਇਹ। ਆਹ ਦੇਖੋ ਜੀ ਹਵਾ ਬੜੀ ਚੱਲਦੀ ਆ, ਹੱਥ ਸਾਡੇ ਜਿਵੇਂ ਟੁੱਟਣ ਵਾਲੇ ਹੋ ਗਏ, ਦਸਤਾਨੇ ਸਾਡੇ ਆਹ ਪਏ ਨੇ, ਮਾਸਕ ਸਾਡੇ ਖਿੰਡੇ ਪਏ ਨੇ। ਦੇਖੋ ਜੀ ਆਹ ਦੁਕਾਨ ਤੋਂ ਅਸੀਂ ਲਈ ਆ, ਆਹ ਖੜ ਕੇ ਕਿਤੇ ਖੋਚੇ ਉੱਥੇ ਆ ਜਾ ਬਾਬਾ, ਉਹਦੇ ਖੋਚੇ 'ਚ ਨੂੰ ਹੁਣ ਅਸੀਂ ਪੜਨ ਲੱਗਿਆ ਖੋਚੇ 'ਚ ਨੂੰ। ਆਹ ਦੇਖੋ ਬੋਲ ਲਾ ਜੋ, ਬੋਲਾਂ ਲੈਣੀਆਂ ਨੇ ਦੇਖ ਲਓ, ਚੱਕ ਲਓ। ਐਪੀ ਵਾਲਿਆਂ ਦੀਆਂ ਕੁਰਸੀਆਂ ਆ ਗਈਆਂ ਉਰੇ, ਐਪੀ ਵਾਲੇ ਆ ਗਏ, ਸੁਖਬੀਰ ਬਾਦਲ ਉਹਨਾਂ ਨੇ ਹਿੱਸਾ ਪਾ ਲਿਆ ਉਰੇ, ਬ੍ਰਿਡਾਂ ਵਾਲੇ ਕੰਪਨੀ 'ਚ ਹਿੱਸਾ ਪਾ ਲਿਆ ਭਾਈ ਸੁਖਬੀਰ ਬਾਦਲ ਨੇ। ਆ ਜੋ ਆਹ ਲਿਆਂਦੀ ਆ ਅਸੀਂ ਕੱਪ ਚੀਨੋ, ਦੇਖੋ ਕਰੀਮ ਕੱਪ ਚੀਨੋ, ਆਹ ਦੇਖੋ ਲਓ। ਪਹਿਲਾਂ ਇਹਨੂੰ ਐਂ ਡੰਡੇ ਨਾਲ ਘੋਲੋ, ਫਿਰ ਪੈਪ ਨਾਲ ਪੀਵੋ। ਸਾਡੇ ਕੋਈ ਕੋਈ ਐਂ ਤਾਂ ਹੈ ਨਹੀਂ, ਜੋੜੀ ਤਾਂ ਹੈ ਨਹੀਂ, ਅਸੀਂ ਬੰਦੇ ਹੀ ਆਸ ਵਿੱਚ ਹੀ ਵੀ ਪੈਪ ਨਾਲ ਪੀ ਲਾਂਗੇ ਦੋ ਜਣੇ। ਦੇਖੋ ਪੈਪ ਦਿੱਤਾ, ਇਹ ਤਾਂ ਨਾਲ ਉਹਨਾਂ ਲਈ ਆ, ਕਪਲਾਂ ਲਈ ਆ ਵੀ ਜਿਨ੍ਹਾਂ ਨੇ ਵਿੱਚ ਪੈਪ ਸੁੱਟ ਕੇ ਵੀ ਬਹਿਣਾ ਹੋਵੇ ਕਿ ਨਹੀਂ ਬਾਬਾ, ਉਹ ਦੇਖ ਲਾ ਛੜੂਕਾ ਮਾਰਨਾ ਹੋਵੇ ਉਹਦੇ, ਅਸੀਂ ਤਾਂ ਮੂੰਹ ਲਾ ਕੇ ਪੀਵਾਂਗੇ, ਸਾਨੂੰ ਤਾਂ ਇਹ ਵਿਹੋ ਵਰਗੇ ਲੱਗਦੇ ਨੇ। ਦੇਖੋ ਜੀ ਲੋ ਪਹਿਲਾਂ ਘੋਲੋ, ਫਿਰ ਉਹ ਬੈਠੇ ਹੁੰਦੇ ਨੇ ਗੋਰੇ, ਬੈਠੇ ਹੁੰਦੇ ਨੇ ਪੈਪ ਵਧਾ ਲੈਂਦੇ ਆ ਖਿੱਚ ਕੇ। ਆ ਦੇਖੋ ਐਂ, ਫਿਰ ਉਦੋਂ ਬਾਅਦ ਉਹਨਾਂ ਨੇ ਐਂ, ਦੇਖੋ ਜੀ ਐਂ, ਫਿਰ ਠੰਡ ਬਹੁਤ ਆ, ਮੈਂ ਨਾ ਟੈਂਪਰੇਚਰ ਆ, ਠੰਡ ਬਹੁਤ ਆ, ਪਾਣੀ ਪਿਰਜਾ ਦਾ ਜੰਮ ਗਿਆ। ਇੱਕ ਤੁਹਾਨੂੰ ਗੱਡੀ ਦਿਖਾਵਾਂਗੇ ਵੀਡੀਓ ਚ ਆਪਾਂ, ਇਹ ਗੱਡੀ ਉਹ ਆ ਵੀ ਦੂਜੀ ਯੂਰਪ ਦੀ ਗੱਡੀ ਆ, ਉਹ ਛੋਟੀ ਗੱਡੀ ਆ ਸਾਰਿਆਂ ਨੂੰ ਵੀ, ਸਾਰਿਆਂ ਨੂੰ ਛੋਟੀ, ਥੋੜੀਆਂ ਜਿਹੀਆਂ ਬਣੀਆਂ ਸੀਗੀਆਂ, ਉਹ ਬੰਦ ਹੋ ਗਈਆਂ ਸੀਗੀਆਂ। ਉਹ ਜਾਨੂੰ ਚਲੀ ਗਈ ਗੱਡੀ, ਬੰਦਾ ਲੈ ਕੇ ਆਪਾਂ ਨੂੰ ਕਰੀ ਸੀ ਗੱਲ, ਉਹ ਕਹਿੰਦਾ ਵੀ ਬਾਅਦ ਚੋਂ ਦੁਪਹਿਰ ਤੋਂ ਬਾਅਦ ਵੀਡੀਓ ਬਣਾ ਲਿਓ, ਆਪਾਂ ਵੀਡੀਓ ਦਿਖਾਵਾਂਗੇ ਤੁਹਾਨੂੰ, ਜਾਣੀ ਕਿ ਆਪਾਂ ਕੋਈ ਸੀਨ ਜੇ ਲਾਵਾਂਗੇ ਵਿੱਚ ਇਹਦੇ ਵੀਡੀਓ ਦੇ, ਤੁਹਾਨੂੰ ਥੋੜੇ ਜਿਹੇ ਦਿਖਾਵਾਂਗੇ ਸੀਨ। ਇੱਕ ਬੰਦੇ ਵਾਲੀ ਹੋਈ, ਇੱਕ ਬੰਦੇ ਵਾਲੀ ਗੱਡੀ ਆ ਜਾਣੀ, ਬਾਕੀ ਆਪਾਂ ਤੁਹਾਨੂੰ ਗੱਡੀ ਦੀ ਪੂਰੇ ਕਿਸੇ ਦਿਨ ਜਾਣਕਾਰੀ ਦੇਵਾਂਗੇ, ਬੰਦੇ ਨਾਲ ਕਰੀ ਸੀ ਗੱਲ ਜਦੋਂ ਉਹਨੂੰ ਛੁੱਟੀ ਹੋ ਗਈ, ਉਹ ਕੰਮ 'ਤੇ ਚਲਿਆ ਗਿਆ, ਜਾਣੀ ਥੋੜੀ ਜਿਹੀ ਵਿੱਚ ਲਾਵਾਂਗੇ ਸੀਨ, ਆਪਾਂ ਵੀਡੀਓ ਜੀ ਬਣਾਈ ਸੀਗੀ ਥੋੜੀ ਜਿਹੀ ਵਿੱਚ ਦੇਵਾਂਗੇ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਧੰਨਵਾਦ, ਓਕੇ ਜੀ। ਹਾਂਜੀ ਬਾਈ ਜੀ, ਯੂਰਪ ਦੀ ਸਾਰਿਆਂ ਨਾਲ ਛੋਟੀ ਗੱਡੀ ਦੇਖੋ, ਇੱਕ ਬੰਦੇ ਵਾਲੀ ਹੈ ਨਾ, ਹੈ ਇੱਕ ਬੰਦੇ ਵਾਲੀ ਆ, ਇਹਦੇ ਨਾਲ ਜੇ ਦਿਖਾਉਂਦੇ ਹੋਈ ਆ, ਇਹ ਆ ਸਾਰਿਆਂ ਨਾਲ ਛੋਟੀ ਗੱਡੀ ਦੇਖੋ ਜੀ, ਯੂਰਪ ਦੀ ਸਾਰਿਆਂ ਨਾਲ ਛੋਟੀ ਗੱਡੀ ਆ ਇਹ। ਇਹ ਕਿੰਨੇ ਮਾਡਲ ਆ ਬਾਬਾ, ਪੁਰਾਣੀਆਂ ਨੇ ਇਹ, ਮੈਂ ਕਹਿੰਦਾ ਵੀ ਬੰਦ ਹੋ ਗਈਆਂ ਨਾ ਇਹ, ਮੋਬਾਈਲ ਕਾਰ ਕਹਿੰਦੇ ਜਾਣੀ, ਇੱਕ ਬੰਦੇ ਵਾਲੀ ਹੋਈ ਆ ਜਾਣੀ, ਬੰਦ ਹੋ ਗਈਆਂ ਸੀਗੀਆਂ ਇਹ, ਥੋੜਾ ਚਿਰ ਆਈਆਂ ਨੇ। ਆਹ ਮਾਰਕੀਟ 'ਤੇ ਖੜ੍ਹੀ ਸੀਗੀ ਇਹ, ਅੱਜ ਸਾਨੂੰ ਦੀਗੀ ਖੜ੍ਹੀ, ਅੱਗੇ ਵੀ ਕਈ ਵਾਰ ਦੀਂਦੀ ਆ, ਜਾਣੀ ਬੰਦ ਹੋ ਜਾਂਦੀ ਆ ਅੱਗੇ ਕਈ ਵਾਰ। ਜੁੱਤੀਆਂ ਖਾਂਦੇ ਆਏ ਆ, ਅਕਾਲੀ ਕਾਂਗਰਸ ਸੁਣਦੇ ਆਏ, ਜੱਦੀ ਸੁਰਤ ਸੰਭਲੀ ਆ, ਹੁਣ ਮੌਕਾ ਨਵੀਂ ਪਾਰਟੀ ਨੂੰ ਦੇਣਾ ਚਾਹੀਦਾ, ਕਿਉਂਕਿ ਕੁਛ ਸੁਧਰ ਜੂ ਪੰਜਾਬ ਦਾ, ਫਰਕ ਪਊਗਾ ਯਾਰ, ਕਿਉਂਕਿ ਆਪਾਂ ਪਹਿਲਾਂ ਇੰਨਾ ਚਿਰ ਹੋ ਗਿਆ ਜੁੱਤੀਆਂ ਖਾਂਦੇ ਨੂੰ, ਆਪਾਂ ਦੇਖਿਆ ਵਾ ਵੀ ਆਪਾਂ ਨੂੰ ਕੋਈ ਪੱਲੇ ਨਹੀਂ ਪਿਆ। ਬਾਕੀ ਇੱਕ ਹੋਰ ਆ ਬਾਈ, ਜੇ ਸਰਕਾਰਾਂ ਇਹ ਚੰਗੀਆਂ ਹੁੰਦੀਆਂ, ਆਪਾਂ ਬਾਹਰ ਨਾ ਆਉਂਦੇ ਕਦੇ, ਆਪਾਂ ਆਪਦੇ ਇੰਡੀਆ ਬੈਠੇ ਹੁੰਦੇ, ਪੰਜਾਬ ਕੋਈ ਕੰਮ ਆਪਣੇ ਵਧੀਆ ਕੰਮ ਕਰ, ਰੁਜ਼ਗਾਰ ਹੁੰਦੇ, ਕਾਹਨੂੰ ਕੋਈ ਪਿੰਡ ਛੱਡਦਾ, ਕੋਈ ਪਿੰਡ ਬਾਈ ਹਰੇਕ ਨੂੰ ਮਜਬੂਰੀ ਹੁੰਦੀ ਆ ਛੱਡਣ ਦੀ, ਕੋਈ ਕਿਸੇ ਦਾ ਸੌਂਗ ਤਾਂ ਹੁੰਦਾ ਨਹੀਂ ਛੱਡਣ ਦਾ, ਆਪਾਂ ਵੀ ਹੁਣ ਪਰਿਵਾਰ ਛੱਡੀ ਬੈਠੇ ਹਾਂ, ਕਿਉਂਕਿ ਜੇ ਹੁਣ ਆਪਾਂ ਨੂੰ ਵਧੀਆ ਉੱਥੇ ਤਨਖਾਹਾਂ ਮਿਲਣ, ਕੰਮ ਰੁਜ਼ਗਾਰ ਦੇਣ, ਆਪਾਂ ਫਿਰ ਜ਼ਰੂਰੀ ਆਪਾਂ ਉਹ ਕਰੀਏ ਕਿ ਨਹੀਂ, ਆਪਾਂ ਆਪਦਾ ਫਿਰ ਵੀ ਉਹ ਕਰੀਏ ਇੰਡੀਆ ਬੈਠੀਏ। ਭਗਵੰਤ ਮਾਨ ਯਾਰ ਬੰਦਾ ਬਾਈ, ਆਪਾਂ ਹੁਣ ਇੰਨਾ ਚਿਰ ਸਾਰਿਆਂ ਤੋਂ ਜੁੱਤੀਆਂ ਖਾਂਦਿਆਂ ਨੂੰ ਹੋ ਗਿਆ ਕਿ ਨਹੀਂ, ਹੁਣ ਜੱਦੇ ਦੇ ਲਾ ਆਪਾਂ ਜੱਦੀ ਹੁਣ ਦੇਖੀਆ ਬਾਬਾ, ਹੁਣ ਆਪਣੀ ਸੁਰਤ ਸੰਭਲੀਏ, ਜੱਦੇ ਆਪਾਂ ਹੁਣ ਅਕਾਲੀ ਕਾਂਗਰਸ ਸੁਣਦੇ ਆਏ, ਕਦੇ ਐਂ ਤਾਂ ਹੋਇਆ ਨਹੀਂ ਵੀ ਹੋਰ ਇਹਨਾਂ ਨੇ ਤੀਜੀ ਧਿਰ ਬਣਾਉਣ ਵੀ ਨਹੀਂ ਦਿੱਤੀ ਹੈਗੀ, ਸਾਡੇ ਤਬਾਹ ਕਰ ਦਿੰਦੇ ਜੰਮੇ ਜਿਹੜੀ ਫਿਰ, ਕਿਉਂਕਿ ਜਿਹੜੀਆਂ ਇਹ ਜੱਦੀ ਪੋਤੀ ਚੱਲਦੇ ਆਉਂਦੇ ਨੇ ਨਾ, ਵੀ ਬਣ ਨਹੀਂ ਜਾਂਦੇ ਹੈਗੇ ਆਮ ਆਦਮੀ ਨੂੰ ਕਿਸੇ ਨੂੰ, ਵੀ ਜਿਵੇਂ ਦੱਬ ਲਾਉਂਦੇ ਆ ਸਾਲੇ, ਕਿਉਂਕਿ ਸਾਲਿਆਂ ਦਾ ਪੈਸਾ ਬਹੁਤ, ਪਾਵਰ ਬਹੁਤ, ਕਿਉਂਕਿ ਇਹਨਾਂ ਨੇ ਫਿਰ ਉਹਦੇ ਕਰਕੇ ਵੀ ਦੱਬ ਲਾਉਂਦੇ ਆ ਬੰਦੇ ਨੂੰ, ਕਿਉਂਕਿ
ਕਰਦੇ ਨੀ ਨਾ ਵੀ ਜਾਣੀ ਕੋਈ ਮੂਹਰੇ ਹੋ ਕੇ ਵੀ ਹੱਕ ਲੈਣ ਨੀ ਜਾਂਦੇ ਬਾਕੀ ਬਾਈ ਐਂ ਜੇ ਕੋਈ ਬੋਲਦਾ ਵੀ ਆ ਮਾੜਾ ਮੋਟਾ ਉਹਦੇ ਹੱਕਾਂ ਲਈ ਹਾਲੇ ਪਰਚੇ ਕਰਾਉਂਦੇ ਝੂਠ ਜੇ ਕੋਈ ਜਾਣੀ ਕੋਈ ਵੀ ਸੁਧਾਰ ਲਈ ਬੋਲਦਾ ਉਹਦੇ ਪਰਚੇ ਕਰਾਉਂਦੇ ਆ ਇਹਨਾਂ ਦੀ ਜਾਣੀ ਬਹੁਤ ਉਹ ਆ ਗੰਦੀ ਆਦਤ ਸਾਰਿਆਂ ਦੀ ਐਤ ਕੀ ਜਾਣੀ ਬਾਈ ਆਮ ਆਦਮੀ ਨੂੰ ਪਾਓ ਵੱਧ ਤੋਂ ਵੱਧ ਵੋਟਾਂ ਬਾਈ ਪੰਜਾਬ ਦਾ ਕੋਈ ਬਣ ਜੂ ਸੁਧਰ ਜੂਗਾ ਜੇ ਆਮ ਆਦਮੀ ਨੂੰ ਪਾਈਏ ਕਿਉਂਕਿ ਆਪਾਂ ਹੁਣ ਜਦੇ ਜੁੱਤੀਆਂ ਖਾਂਦੀਆਂ ਆਪਾਂ ਬਾਈ ਆਟਾ ਦਾਲ ਨਾ ਦੇਖੀਏ ਆਪਾਂ ਰੁਜ਼ਗਾਰ ਮੰਗੇ ਜਦੋਂ ਪਿੰਡਾਂ 'ਚ ਆਉਂਦੇ ਆਪਾਂ ਆਟਾ ਦਾਲ ਵਾਲੇ ਕਿਸੇ ਵੀ ਬਿਜਲੀ ਹਾਸਤੀ ਕਰਤੀ ਕਿਉਂਕਿ ਬਾਈ ਜੇ ਹੁਣ ਮੰਨ ਲੈ ਆਪਦੀ ਰੁਜ਼ਗਾਰ ਦੇਣਗੇ ਤਨਖਾਹ ਵੱਧ ਹੋਣਗੀਆਂ ਵੀ ਆਪਾਂ ਫਿਰ ਆਪ ਆਪਦੀ ਚੀਜ਼ ਮੁੱਲ ਲੈ ਸਕਾਂ ਆਪਾਂ ਹਾਲੀ ਕਾਹਤੋਂ ਭੀਖ ਤੇ ਰਹੀਏ ਕਿਸੇ ਦੇ ਵੀ ਆਪਾਂ ਕਿਹੜਾ ਵੀ ਹੱਥ ਪੈਰ ਨੀ ਆਪਣੇ ਚੱਲਦੇ ਹੈਗੇ ਇਹ ਤਾਂ ਆਪਾਂ ਨੂੰ ਨਿਕੰਮੇ ਬਣਾਉਂਦੀਆਂ ਨੇ ਸਰਕਾਰਾਂ ਇਹ ਆਪਾਂ ਆਪਦੇ ਦਿਮਾਗ ਤੋਂ ਸੋਚੀਏ ਮਾੜਾ ਮੋਟਾ ਵੀ ਸੋਚ ਕੇ ਚੱਲੀਏ ਵੀ ਕਿਹਨੂੰ ਪਾਉਣੀ ਆ ਵੋਟ ਬਾਈ ਪਾਉਣੀ ਜ਼ਰੂਰ ਹੈ ਐਵੇਂ ਨਹੀਂ ਹੈਗਾ ਵੀ ਨਾ ਪਾਇਓ ਕੀਮਤੀ ਹੁੰਦੀ ਹੈ ਇਹ ਪਾਉਣੀ ਹੱਕ ਆਪਣਾ ਇਹ ਚੀਜ਼ ਆਪਣੀ ਧਿਆਨ ਰੱਖਿਓ ਮਾੜਾ ਜਿਹਾ ਬਾਈ ਰੁਜ਼ਗਾਰ ਲਿਓ ਰੁਜ਼ਗਾਰ ਦੀ ਮੰਗ ਕਰੋ ਵੀ ਆਪਣੇ ਜਿਹੜੇ ਆਉਂਦੇ ਨਵੇਂ ਆਪਾਂ ਦੋ ਮੁੰਡੇ ਨਵੇਂ ਚਿਹਰੇ ਆਏ ਨੇ ਜਿਹੜੇ ਮੂਹਰੇ ਉਹਨਾਂ ਨੂੰ ਸਪੋਰਟ ਕਰੋ ਜਿਵੇਂ ਲੱਖਾ ਹਜ਼ਾਣਾ ਹੋ ਗਿਆ ਵੀ ਲੱਖੇ ਹਜ਼ਾਣੇ ਨੂੰ ਕਰੋ ਸਪੋਰਟ ਜਿਹਦੇ ਜਿਹਦੇ ਹੈਗੇ ਨਵੇਂ ਚਿਹਰੇ ਨੇ ਜਿਹੜੇ ਆਪਣੇ ਵੀ ਜਿਹੜੇ ਪਤਾ ਵੀ ਨਾਲ ਖੜੇ ਆ ਸ਼ੁਰੂ ਤੋਂ ਲੈ ਕੇ ਕਿਸਾਨੀ ਧਰਨੇ 'ਚ ਆਪਣੀ ਪੂਰੀ ਸਪੋਰਟ ਕਰੋ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਕਰੋ ਯਾਰ ਭਾਈ ਜਿੰਨਾ ਵੀ ਕਹੂੰਗਾ ਹੁਣ ਮੌੜ ਤੋਂ ਜਿੰਨੀ ਵੀ ਬੋਲ ਰਹਾ ਵੀ ਆਪਣੇ ਕੋਈ ਰਿਸ਼ਤੇ ਰਿਸ਼ਤੇਦਾਰ ਨੇ ਕਿਸੇ ਦਾ ਕੋਈ ਆਪਣਾ ਸੁਣਨ ਵਾਲਾ ਵੀਰ ਆ ਕਿਸੇ ਦਾ ਕੋਈ ਪਰਿਵਾਰ ਆ ਕੋਈ ਆੜੀ ਮਿੱਤਰ ਆ ਸਾਰੇ ਲੱਖੇ ਹਜ਼ਾਣੇ ਦੀ ਸਪੋਰਟ 'ਚ ਪਾਓ ਵੋਟ ਯਾਰ ਚਲੋ ਚਲੋ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ।